ਆਹੀ ਕੰਮ ਰਹਿ ਗਿਆ ਤੈਨੂੰ ਮੈਚ ਤਾਂ ਭਾਪੇ ਗੇਮ ਖੇਡਦਾ ਹਾਂ ਗੇਮਾਂ ਚੋਂ ਕੀ ਰਹਿ ਗਿਆ ਤੂੰ ਗੇਮਾਂ ਚੋਂ ਕੀ ਰਹਿ ਗਿਆ ਮੈਂ ਤੈਨੂੰ ਸਮਝਾ ਸਮਝਾ ਕੇ ਕਿੰਨਾ 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 ਥੱਕ ਲਿਆ ਤੈਨੂੰ ਤੈਨੂੰ ਤਾਂ ਆਹੀ ਕੰਮ ਰਹਿ ਗਿਆ ਤੈਨੂੰ ਬੱਤੀ ਕਰਕੇ ਇੱਥੇ ਲਾ ਦੇ ਮਾੜਾ ਮੋਟਾ ਰੱਬ ਦਾ ਨਾਮ ਲੈ ਲਿਆ ਕਰ ਹੋਰ ਮੈਂ ਤਾਂ ਹੁਣ ਜਿੰਮ ਲਾ ਕੇ ਆਇਆ ਸੀ ਮੈਂ ਤਾਂ ਆ ਕੇ ਹੁਣ ਦੇਖਿਆ ਇੰਨਾ ਲੇਟ ਆਇਆ ਜਿਹੜਾ ਮੈਂ ਡਬਲਾ ਬਣ ਕੇ ਦੇਖ ਮੈਨੂੰ ਤਾਂ ਆਪਦੀ ਸਿਹਤ ਦਾ ਧਿਆਨ ਵੀ ਰੱਖਣਾ ਪੈਂਦਾ ਕਮਾਉਣਾ ਇੱਕ ਰੁਪਇਆ ਨਹੀਂ ਤਾਂ ਟੈਟੂ ਨੂੰ ਹੱਥ ਨਾਲ ਲਾ ਮੇਰੇ ਹਾਂ ਛਪਾਉਣਾ ਸਰ ਮੈਂ ਖੜ ਜਾ ਦੁਕਾਨਦਾਰੀਆਂ ਚਲਾਉਣਾ ਆਲੂ ਆਪਣੇ ਐਤਕੀ ਪੰਜ ਪੰਜ ਕਿਲੋ ਦਾ ਇੱਕ ਇੱਕ ਆਲੂ ਹੋ ਗਿਆ ਤੇਜੀ ਦੇ ਗੱਲ ਸੁਣ ਮੇਰੇ ਤੋਂ ਤੇਜੀ ਦੇ ਤਾਂ ਇੰਨੇ ਬਰੀਕ ਆਲੂ ਸੀ ਵਿਹੜੇ ਵਾਲੀਆਂ ਕਹਿੰਦੀਆਂ ਅਸੀਂ ਨੀ ਚੁਗਣ ਜਾਂਦੇ ਸੱਟ ਤਾਂ ਐਨਕਾਂ ਲੱਗਣ ਵਾਲੀਆਂ ਕਰਦੀਆਂ ਛੋਟੇ ਆਲੂ ਆਲੂ ਤੇਰੇ ਆਲੂ ਅੱਡੇ ਅੱਡੇ ਹੋ ਗਏ ਹਾਂ ਇੱਕ ਬੋਰੀ ਚ ਕਹਿੰਦੇ ਦਸ ਪੈਂਦੇ ਸੀ ਮੈਨੂੰ ਡੈਡੀ ਮੇਰਾ ਕਹਿੰਦੇ ਕਹਿੰਦੇ ਤੈਨੂੰ ਦੁਕਾਨ ਕਰਕੇ ਦੇ ਦੇਣਾ ਮੈਂ ਤੂੰ ਖੇਤੀ ਦੇਖੀ ਦੁਕਾਨਾਂ ਦੁਕਾਨਾਂ ਵੱਟਦਾ ਕੀ ਇਹਦਾ ਦਿਹਾੜੀ ਜੀ ਦੀ 100 ਰੁਪਇਆ ਮਸਾਂ ਕਮਾਉਂਦਾ ਹੋਊਗਾ ਆਪਾਂ ਦੇਖ ਪਾਏ ਕਿੰਨੇ ਕਿੰਨੇ ਕਿੱਲੇ ਚੋਂ 50-50 ਹਜ਼ਾਰ ਦੀ ਸੱਟ ਦੀ ਨਿਕਲੀ ਆ ਬੱਟੀ ਖੱਟੀ ਦਾ ਹੈ ਸਾਰੇ ਧਾਰ ਪੈ ਗਿਆ ਉਹ ਮੁੰਡਿਆ ਤੂੰ ਉਰੇ ਗੱਲ ਸੁਣ ਮੇਰੀ ਹੈ ਇਹ ਦੁਕਾਨਦਾਰੀ ਚ ਹੋਈ ਤੇਰੀ ਮੰਮੀ ਦੀਆਂ ਸਾੜੀਆਂ ਆਉਂਦੀਆਂ ਹੈਗੀਆਂ ਇਹਦਾ ਆਪਾਂ ਨੂੰ ਖੇਤੀ ਕਰਨੀ ਪਊਗੀ ਆ ਜੱਟ ਦੇਖ ਲੈ ਕਿੰਨੇ ਕਿੰਨੇ ਪੈਸੇ ਕਮਾਉਂਦੇ ਨੇ ਇਹਦਾ ਹੁਣ ਦੁਕਾਨਦਾਰੀ ਵਾਲਾ ਕੰਮ ਆਪਾਂ ਨੂੰ ਇੱਧਰ ਸਾਈਡ ਤੇ ਰੱਖ ਕੇ ਨਾ ਆਪਾਂ ਨੂੰ ਹੁਣ ਕਰਨੀ ਪਊ ਖੇਤੀ ਹੈਂ ਖੇਤੀ ਕਰਦੇ ਆਪਾਂ ਤਾਂ ਬਾਕੀ ਇਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਕਿਵੇਂ ਕੀ ਕਰੀਦਾ ਆਪਾਂ ਤੋਂ ਖੇਤੀ ਸੁੱਚੀ ਨਹੀਂ ਆਉਣੀ ਹੈਗੀ ਨਾ ਨਾ ਇੱਥੇ ਕੀ 100-50 ਵੱਟ ਕੇ ਆਪਾਂ ਕੀ ਖਰਚੇ ਚਲਾ ਲਾਂਗੇ ਕਰਦੇ ਬਹੁਤ ਔਖੀ ਆ ਤਹੀ ਚਲਾਉਣੀ ਪੈਂਦੀ ਆ ਤੇ ਇੱਧਰ ਚਲਾਉਣਾ ਪੈਂਦਾ ਕਹੀ ਕੋਈ ਚਲਾ ਲਾਂਗੇ ਮੇਰੇ ਮੈਂ ਜਿੰਮ ਲਾ ਕੇ ਡੋਲੇ ਬਣਾਏ ਨੇ ਦੁਕਾਨਦਾਰੀ ਕੁਛ ਨੀ ਖੱਟੀਂਦਾ
ਖੇਤੀ ਖੁਤੀ ਚ ਵਧੀਆ ਵਧੀਆ ਬੈਠੇ ਹੁਣ ਕਣਕ ਬੀਜ ਕੇ ਆਪਣਾ ਵਿਹਲੇ ਸਿਆਲ ਸਿਆਲ ਨਹੀਂ ਜੇ ਮੇਰਾ ਕੰਮ ਕਰ ਦੋ ਇੱਕ ਤੁਸੀਂ ਮੈਨੂੰ ਵੀ ਜ਼ਮੀਨ ਦਵਾ ਦਿਓ ਠੇਕੇ ਠੁਕੇ ਦੇ ਨਾ ਮੈਂ ਕਰ ਲੂ ਕਹੀ ਚਲਾ ਲੂ ਕਹੀ ਜਾਵਾਂਗੇ ਹਾਂ ਠੇਕੇ ਤੇ ਦਵਾ ਹੁਣ ਤਾਂ ਟਾਈਮ ਲੰਘ ਗਿਆ ਹਨਾ ਬੀਜੀ ਕਰ ਲਾਂ ਕੋਈ ਨਾ ਫਿਰ ਚੱਲ ਅੱਧ ਪਹਿਲਾਂ 75 ਪਹਿਲਾਂ ਦਵਾ ਦਾਂਗੇ 75 ਕਣਕ ਤੁਸੀਂ ਆਏ ਕਰੋ ਬਾਈ ਮੇਰੇ ਲਈ ਦਵਾ ਦਿਓ ਯਾਰ ਆਹੋ ਤੂੰ ਇਹਨੂੰ ਦੇ ਕੇ ਦੇਣਾ ਐਤਕੀ ਹਨਾ ਹੋਰ ਮੈਨੂੰ ਤੂੰ ਇਹਦੇ ਵਾਲੀ ਤੂੰ ਦੇਖ ਲਾ ਕੇ ਖੇਤੀ ਟਿੱਬੇ ਵਾਲੀ ਮੋਟਰ ਸਾਮ ਤੂੰ ਮੈਨੂੰ ਦਵਾ ਦੇ ਸੀ ਚੱਲ ਠੀਕ ਆ ਵਾ ਮੇਰੇ ਵਾਲੀ ਲੈ ਲਈ ਸਾਈ ਦੇ ਹੈ ਸਾਈ ਹੱਥ ਨਹੀਂ ਦੇਗਾ ਕੌਣ ਦੇਗਾ ਸਾਈ ਕਰ ਲੂ ਨਾ ਮੈਂ ਚੱਲ ਕਰ ਦੇਣ ਦਾ ਹੁਣ ਨਹੀਂ ਆਪ ਤਾਂ 5 ਮਿੰਟ ਦਾ ਧਾਰ ਨਹੀਂ ਕਰਦਾ ਨਾ ਨਾ ਉਧਰ ਫੇਰ ਚਾਰ ਪਾਟਾ ਮੁੰਡੇ ਦੇ ਮੈਂ ਲਾ ਪੱਕਾ ਜਵਾਨ ਦਾ ਤਹੀ ਲੈ ਆਵਾਂ ਚੱਲ ਤੂੰ ਐ ਕਰ ਗੱਡੀ ਮੋੜ ਆਪਾਂ ਚੱਲੀਏ ਫਿਰ ਹਾਂ ਗੱਡੀ ਮੋੜ ਆਇਆ ਪਹਿਲਾਂ ਪਾਣੀ ਤਾਂ ਮੈਂ ਲਾਇਆ ਇੱਧਰ ਆ ਜਾ ਮੂਹਰੇ ਹੁਣ ਤੈਨੂੰ ਮੈਂ ਲਾਉਣਾ ਸਿਖਾਉਣਾ ਉੱਥੇ ਪਾਣੀ ਹੋਰ ਜਾ ਵਾਪਸ ਪਜਾਣੀ ਇਹਨੂੰ ਪਜਾਉਣ ਨੂੰ ਪੈਡਲ ਤਾਂ ਵਿੱਚ ਖੋ ਗਿਆ ਮੇਰੀ ਧੋਤੀ ਵੀ ਨਾ ਚੱਲ ਵੀ ਤੈਨੂੰ ਹੁਣ ਅਗਲਾ ਪਾਣੀ ਚਲਾਉਣਾ ਸਿਖਾਵਾਂ ਮੈਂ ਆਈਆਂ ਖਾ ਜਾ ਹਾਂ ਹੋਰ ਖੇਤੀ 'ਚ ਵੀ ਆਪਣਾ ਹੁਣ ਕਮਾ ਕੇ ਦੇਖਾਂਗੇ ਪੈਸੇ ਕਿੰਨੇ ਕੁ ਵੱਜਦੇ ਨੇ ਜੱਟ ਤਾਂ ਬਹੁਤ ਕਹਿੰਦੇ ਬਹੁਤ ਪੈਸੇ ਕਮਾਉਂਦੇ ਨੇ ਤੈਨੂੰ ਲੱਗ ਗਿਆ ਤੇ ਹੱਕੜਾ ਆ ਚੱਕ ਕੇ ਕਹੀ ਉੱਧਰ ਚੱਲ ਨਿਕਲ ਲਾਉਣਾ ਸਿਖਿਆ ਮੈਂ ਤੈਨੂੰ ਅੱਜ ਅੱਛਾ ਮਾਹ ਕਿਤੇ ਰੁਪਈਆ ਠੀਕ ਹੈ ਪਿਆ ਮੈਂ ਤਾਂ ਚੱਕਣ ਲੱਗਿਆ ਨਹੀਂ ਮੇਰਾ ਜਿੱਤਾਂ ਦੇ ਪਾਸੇ ਨੇ ਹੋਰ ਮੈਨੂੰ ਤਾਂ ਮਹਾਂ ਮਾਤਾ ਰਾਣੀ ਨੇ ਕਰਤੀ ਕਿਰਪਾ ਭਾਰੀ ਬਹੁਤ ਆ ਭਾਰੀ ਹੁਣ ਇੰਨੇ ਕਿਤੇ ਲੱਗੂਗੀ ਭਾਰੀ ਮੈਂ ਕਹਿੰਦਾ 2 ਮਿੰਟ ਆਰਾਮ ਕਰ ਲੈਂਦੇ ਆ ਆਰਾਮ ਨੂੰ ਕਿਹੜਾ ਕਮਾਇਆ ਕਰ ਲਿਆ ਹੁਣ ਤੈਂ ਨੱਕਾ ਹੀ ਲਾਉਣਾ ਇੱਕ ਹੁਣ ਉੱਧਰ ਨੱਕਾ ਲਾ ਕੇ ਆਪਦਾ ਪਾਣੀ ਬਦਲਦੇ ਹੈ ਮੈਨੇ ਕਹਾ ਗੇੜਾ ਮਾਰਿਆ ਮੈਂ ਫਿਰ ਹਾਂ ਤੂੰ ਆਪਦਾ ਇੱਥੇ ਗਿਣ ਕੇ ਧਾਰੇ ਨੇ
ਖੜ ਗਿਆ ਹੁਣ ਬੰਦ ਦਾ ਹੋਇਆ ਨੀ ਪਾਣੀ ਇਹ ਤੈਨੂੰ ਦੱਸ ਕਿਹਾ ਜੀ ਮੈਨੂੰ ਮੈਂ ਦੱਸ ਲਾਤੇ ਉਰੇ ਕਹੀ ਨਾਲ ਚੇਪੇ ਦੱਸ ਕਿੱਧਰ ਗਏ ਫਿਰ ਤੇਰੇ ਚੇਪੇ ਧਰੇ ਇਹ ਤੈਂ ਦੱਸ ਕਿਹਾ ਜੀ ਮੈਂ ਗਿਣਕੇ ਲਾਏ ਨੇ ਦੱਸ ਉਰੋਂ ਉਰੋਂ ਮੈਂ ਉਰੋਂ ਇੱਕ ਸਟਾਰਟ ਕਰਕੇ ਦਸ ਖਤਮ ਕਰਕੇ ਐਂ ਕਰਤਾ ਤੇ ਬੜਾ ਕਸੂਤਾ ਜਿਹਾ ਕੰਮ ਹੋ ਗਿਆ ਹੈ ਮੈਂ ਗਿਣਕੇ ਲਾਏ ਤੇ ਪੂਰੇ ਦੱਸ ਤੂੰ ਐਂ ਕਰ ਫਿਰ ਦਸ ਚੇਪੇ ਹੋਰ ਲਾ ਇੱਥੇ ਲੱਗ ਗਏ ਹੁਣ ਫੇਰ ਨੀ ਲੱਗਿਆ ਹੈਗਾ ਫਿਰ ਤਾਂ ਗਿਣਕੇ ਲਾਏ ਨੇ ਸਾਰੇ ਹੈ ਫੇਰੇ ਤਾਂ ਬਹੁਤ ਜ਼ਿਆਦਾ ਹੋ ਗਿਆ ਕੰਮ ਹੈ ਇੱਧਰ ਨੂੰ ਅਤੇ ਪਾਣੀ ਰੁਕੇ ਨਹੀਂ ਰਿਹਾ ਫਿਰ ਹੁਣ ਕੀ ਕਰੀਏ ਆਪਾਂ ਕਿਸੇ ਨੂੰ ਬੁਲਾ ਲੈਂਦੇ ਹਾਂ ਹੋਰ ਉਹਨਾਂ ਨੂੰ ਪੁੱਛਣਾ ਪੂ ਜੱਟਾਂ ਨੂੰ ਹੈ ਹੋਰ ਹੋਰ ਇੱਧਰ ਨਿਗਾਹ ਮਾਰ ਕੇ ਜੀ ਆਉਂਦਾ ਜਾਂਦਾ ਹੋਵੇ ਹੈ ਭਾਈ ਵੀਰ ਗੱਲ ਸੁਣ ਕੇ ਜਾਈ ਮਾੜੀ ਜੀ ਜਿਹੜਾ ਪਾਣੀ ਖਰੂ ਗਿਆ ਮੁੜ ਗਿਆ ਕਿਉਂ ਮੈਨੂੰ ਤਾਂ ਇਹਦੀ ਮੈਂ ਸਾਨੇ ਕੰਮ ਹੁੰਦਾ ਇਹ ਦੇਖ ਲਾ ਮੈਂ ਦੋ ਥੈਲੇ ਦੇ ਪਾਤੇ ਨਾਲੇ ਫੇਰ ਨੀ ਏਡੀ ਹੋਈ ਨਾ ਤੈਨੂੰ ਕਿਹਨੇ ਕਿਹਾ ਸੀ ਦੋ ਥੈਲੇ ਪੈਣਗੇ ਆਹ ਦੇਖ ਲਾ ਕਿੱਡੀ ਕਿੱਡੀ ਹੋਈ ਪਈ ਆ ਬਚੇ ਕੁਛ ਨਾ ਬਚੇ ਸਾਨੂੰ ਬਹੁਤ ਸਿਆਪੇ ਨੇ ਫਿਰ ਮੈਨੂੰ ਪਤਾ ਲੱਗ ਗਿਆ ਮਾੜਾ ਮੋਟਾ ਫਿਰ ਹੁਣ ਤੂੰ ਕਿਵੇਂ ਕਰੇਗਾ ਫਿਰ ਖੇਤੀ ਗਾਹਾਂ ਨੂੰ ਨਾ ਮੈਂ ਤਾਂ ਨੀ ਕਰਦਾ ਰਾਮ 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 ਨਾ ਖਰਚਾ ਇੰਨਾ ਕਰਕੇ ਕੀ ਬਚਾ ਲਾਂਗੇ ਇਥੋਂ ਚੱਲ ਚੰਗਾ ਲਾਲਾ ਚੱਲੇ ਜੀ ਤਾਂ ਚਲੋ ਠੀਕ ਆ ਭਾਈ ਹੈ ਚਲੋ ਮੈਂ ਤੈਨੂੰ ਕਿਹਾ ਜੀ ਹਾਂ ਜੀ ਖੇਤੀ ਔਖੀ ਬਹੁਤ ਆ ਔਖੀ ਹੁਣ ਕੀ ਕਰੀਏ ਤਾਂ ਪਹਿਲਾਂ ਗੱਲਾਂ 'ਚ ਤਾਂ ਮੈਨੂੰ ਐਂ ਲੱਗਦਾ ਵੀ ਬਹੁਤ ਵਧੀਆ ਕੰਮ ਹੈ ਤਾਂ ਵੀ ਬਹੁਤ ਪੈਸੇ ਬਚਣਗੇ ਹੈਂ ਜਿਹੜੇ ਉੱਥੇ ਜੱਟਾਂ ਦੇ ਮੁੰਡੇ ਨੇ ਬਹਿ ਕੇ ਉੱਥੇ ਗੱਲਾਂ ਕਰਦੇ ਤੇ ਏਡੀਆਂ ਏਡੀਆਂ ਜਾਉਂਡੀਆਂ ਲੈ ਲਿਆ ਨਾਲੇ ਐਂ ਲੈ ਲਿਆ ਹੈਂ ਉਹ ਖਬਰ ਕਿੱਧਰ ਜਾਂਦੇ ਨੇ ਇਹ ਉਹ ਸਲਾਹਾਂ 'ਚ ਕਹਿੰਦੇ ਨੇ ਇਹ ਹੋਰ ਇੱਕ ਨੇ ਇਹ ਤਾਂ ਕੰਮ ਮੈਂ ਤਾਂ ਐਂ ਤੀ ਮਹਾਂ ਬਣਾਉਂਦੇ ਨੇ ਪੈਸੇ ਇਹਦਾ ਕੱਖ ਨਹੀਂ ਬਚਣਾ ਇੰਨਾ ਖਰਚਾ ਕਰਕੇ ਹੈਂ ਜਿਉਂਡੀ ਜੂੰਡਰ ਤਾਂ ਇਹਨਾਂ ਗੱਲਾਂ ਗੱਲਾਂ 'ਚ ਨੇ ਲੈਂਦਾ ਲਵਾਉਣ ਦਾ ਕੋਈ ਨਹੀਂ ਹੈਗਾ ਮੈਂ ਫਿਰ ਆਪਾਂ ਕੀ ਕਰੀਏ ਇਹਨੂੰ ਆਪਾਂ ਕਿਸੇ ਨੂੰ ਦੇ ਕੇ ਦੇਖ ਲੈਂਦੇ ਹਾਂ ਖੜੀ ਖੜਾਈ ਦਾ ਸੌਦਾ ਕਰ ਦਿੰਦੇ ਹਾਂ ਇਹ ਤਾਂ ਜੀ ਤੋਂ ਲਈ ਦੇ ਨਾ ਉਹਨੂੰ ਵਾਪਸ ਇੱਕ ਨੇ ਸੰਭਾਲਣਾ ਭਾਈ ਮਾੜਾ ਮੋਟਾ ਖਰਚਾ ਦੇ ਦੀ ਜੇ ਇਸ ਤਰ੍ਹਾਂ ਬਣਿਆ ਹੋਰ ਜੇ ਇੰਨੇ ਪੈਸੇ ਬਚਦੇ ਹੁੰਦੇ ਆਪਣਾ ਧਾਰ ਨਾ ਮੋੜ ਦੇਣ ਆਪਣੇ ਨਾਲ ਕਾਹਨੂੰ ਧਾਰ ਕਰਨੇ ਇਹ ਏਡਿਆ ਹੈਂ ਇਹ ਤਾਂ ਗੱਲਾਂ ਹੀ ਗੱਲਾਂ ਨੇ ਇਹਨਾਂ ਦੀਆਂ ਆਪਾਂ ਤਾਂ ਦੁਕਾਨਦਾਰੀ ਕਰ ਲੈਂਦੇ ਹਾਂ ਚੱਲ ਆਪਾਂ ਦੁਕਾਨ ਤੇ ਬੈਠੀ ਉੱਥੇ ਜਾ ਕੇ ਫੋਨ ਆ ਗਿਆ ਦੇਖ ਦੁਕਾਨ ਤੋਂ ਬੰਦੇ ਕਿਸੇ ਨੇ ਟਾਫੀਆਂ ਖੁੱਲੀਆਂ ਲੈਣੀਆਂ ਹੋਣਗੀਆਂ ਵੀ ਚਲੋ ਆ ਫੋਨ ਤਾਂ ਦਵਿੰਦਰ ਕੋ ਆਏ ਦੇ ਉਹਨਾਂ ਦੇ ਲੱਡੂ ਬਟਨੇ ਨੇ ਅੱਜ ਵਿਆਹ ਆ ਮੁੰਡੇ ਦਾ ਅੱਛਾ ਹਾਂ
ਚੱਲ ਤੂੰ ਐ ਕਰ ਫਿਰ ਮੈਂ ਦੁਕਾਨ ਤੇ ਜਾਣਾ ਤੂੰ ਉਹਨੇ ਜਾ ਕੇ ਲੱਡੂ ਬਟਾ ਹਾਂ ਮੈਂ ਲੱਡੂ ਬੈਠ ਕੇ ਆਣਾ ਮੈਂ ਜਾ ਕੇ ਦੁਕਾਨ ਖੋਲਦਾ ਨਾਲੇ ਦੇਖ ਲਈ ਜੇ ਉੱਥੇ ਆਏ ਉੱਥੇ ਗੱਲ ਕਰਦੇ ਆਈ ਕੀ ਮੈਂ ਦੋ ਚਾਰ ਤੇਰੇ ਵਾਸਤੇ ਲੈ ਕੇ ਆਉਂਗਾ ਘਰੇ ਵੀ ਹਾਂ ਲੈ ਫਿਰ ਆ ਦੇਖ ਲਈ ਜੇ ਉੱਥੇ ਮਿਲ ਗਏ ਜੱਟ ਉਹਨਾਂ ਦੀ ਵਾਪਸ ਕਰਦੀ ਆ ਉੱਥੇ ਖੜੀ ਨਾ ਉੱਥੇ ਮੈਂ ਗੱਲ ਕਰ ਲੈਣੀ ਅੱਜ ਮੈਂ ਤਾਂ ਨਹੀਂ ਰੱਖਦਾ ਹੋਏ ਤਾਂ ਸਿਆਪਾ ਨੇ ਵੇੜ ਦੇਣਾ ਅੱਜ ਮੈਂ ਚੱਲਿਆ ਗਿਆ ਹਾਂ ਹੋਰ ਚੱਲ ਇਹ ਤਾਂ ਨਵੀਂ ਚਲੋ ਫਿਰ ਬਟਨ ਲੱਗੋ ਕਿੰਨਾ ਕੁ ਟਾਈਮ ਲੱਗੂ ਲਾਲੇ ਨੂੰ ਕਰਿਆ ਫੋਨ ਉਹ ਵੀ ਆਉਂਦਾ ਆ ਗਿਆ ਲਾਲਾ ਵੀ ਬਹੁਤ ਬੜੀ ਉਮਰ ਆ ਰਾਮ ਰਾਮ ਭਾਈ ਸਾਹਿਬ ਨੂੰ ਹੈ ਉਹ ਲਾਲੇ ਠੀਕ ਆ ਠੀਕ ਹੈ ਠੀਕ ਹੈ ਭਾਈ ਲੱਡੂ ਲੱਗੇ ਨਹੀਂ ਵਟਣ ਹਲੇ ਲੱਡੂ ਆ ਗਏ ਤੱਤੇ ਨੇ ਹੈ ਹਲੇ ਗਰਮ ਨੇ ਹਲੇ ਗਰਮ ਨੇ ਕੌਣ ਕਹਿੰਦਾ ਗਰਮ ਨੇ ਉਹ ਲਾਲਾ ਹੱਥ ਨਾਲ ਫੁੱਕ ਲਈ ਹੱਥ ਨਾਲ ਫੁੱਕ ਲਈ ਠੰਡੇ ਤਾਂ ਹੋ ਗਏ ਪਰ ਕੌਣ ਕਹਿੰਦਾ ਕਿਹਨੇ ਕਿਹਾ ਸਾਨੂੰ ਗਰਮ ਹੋ ਗਏ ਹੈ ਉਹ ਹਲਵਾਈ ਕਹਿੰਦਾ ਸੀ ਕਹਿੰਦਾ ਗਰਮ ਨੇ ਹਲਵਾਈ ਭਾਈ ਹਲ ਗਰਮ ਨੇ ਇਹ ਹੈ ਗਰਮ ਨੇ ਨਹੀਂ ਵੱਟ ਲੈਂਦੇ ਸਾਡੇ ਕੋਲ ਟਾਈਮ ਘੱਟ ਹੀ ਹੁੰਦਾ ਫਿਰ ਦੁਕਾਨਦਾਰੀ ਵੀ ਦੇਖਣੀ ਉਹ ਲਾਲੇ ਨੇ ਜਾ ਕੇ ਐ ਕਹੀ ਭਾਈ ਹੈ ਸਮਾਨ ਥੋੜਾ ਜਿਹਾ ਵੱਧ ਰੱਖੀ ਇਧਰ ਨੂੰ ਹੈ ਸਮਾਨ ਆਪਣੇ ਲਈ ਭਾਈ ਆਇਆ ਇਹਨਾਂ ਦਾ ਹੋਰ ਇਧਰ ਇਧਰ ਸਮਾਨ ਹੋਰ ਮੰਗਾ ਲਈ ਹੈ ਕਿਆ ਘੱਟ ਗਿਆ ਘੱਟ ਗਿਆ ਹੋਰ ਮੇਰਾ ਵੀ ਫਾਇਦਾ ਕਰਦੇ ਪੁੱਛਾ ਹੋਰ ਆਪਣੇ ਬੰਦੇ ਦਾ ਹੀ ਫਾਇਦਾ ਹੁੰਦਾ ਭਾਈ ਹਾਂ ਠੀਕ ਆ ਕੈਲਕੂਲੇਟਰਾਂ ਦੇ ਹਿਸਾਬ ਨਾਲ ਵੱਟ ਦਿਓ ਨਹੀਂ ਨਹੀਂ ਆਪਣਾ ਛੋਟਾ ਰੱਖਦਾ ਜੀ ਭਾਈ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਸਾਡਾ ਸਬਸਕ੍ਰਾਈਬ ਕਰਨਾ ਕੜਾਹੀ ਚੜੀ ਹੋਇਆ ਲੱਡੂ ਫੜੇ ਹੋਰ ਭਾਈ ਲੱਡੂ ਦਾ ਸਾਈਜ਼ ਛੋਟਾ ਰਹੂਗਾ ਕਮਰਾ ਦੇਖ ਕੇ ਵੱਧ ਖਾ ਲਿਓ ਹੋਰ